ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਅਤੇ ਫਤਿਹ ਟੀਵੀ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਫਰੇ ਸ਼ਹਾਦਤ ਸਮਾਗਮ ਮਿਤੀ 22 ਦਸੰਬਰ 2018 ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। 1960 ਤੋਂ ਮੰਨੀ ਪਰਮੰਨੀ ਸਵਿਚ ਗੇਅਰ ਕੰਪਨੀ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਪ੍ਰਾਈਵੇਟ ਲਿਮਟਿਡ ਨੇ ਐਲਈਡੀ ਲਾਈਟਿੰਗ ਦੇ ਨਾਲ ਨਾਲ ਪੱਖੇ ਅਤੇ ਗੀਜ਼ਰ ਦੇ ਕਈ ਮਾਡਲ ਲਾਂਚ ਕੀਤੇ। ਕੰਪਨੀ ਨੈਕਸਟ ਜਨਰੇਸ਼ਨ ਟੈਕਨੋਲੋਜੀ ਦੇ ਨਾਲ ਨਾਲ ਘੱਟ ਰੇਟਾਂ ਵੱਲ ਵੀ ਧਿਆਨ ਦੇ ਰਹੀ ਹੈ। ਕ੍ਰਿਸਟਲ ਇੰਡੀਆ ਨੇ ਯੂਕੇ ਦੀ ਮੰਨੀ ਪ੍ਰਮੰਨੀ ਕੰਪਨੀ ਐਫੀਵਾਰ ਨਾਲ ਗਠਬੰਧਨ ਕਰਕੇ ਬਿਹਤਰੀਨ ਲਾਈਟਿੰਗ ਦੇ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਉਤਪਾਦ ਨਾ ਸਿਰਫ ਰੌਚਕ ਬਣਨਗੇ ਬਲਕਿ ਲੋਕਾਂ ਦੇ ਮਨ ਨੂੰ ਵੀ ਭਾਉਣਗੇ। ਕੰਪਨੀ ਵੱਲੋਂ ਜਿੱਥੇ ਗੀਜ਼ਰ ਦੇ 6 ਮਾਡਲ ਬਾਜ਼ਾਰ ਵਿੱਚ ਉਤਾਰੇ ਗਏ, ਉੱਥੇ ਪੱਖਿਆਂ ਦੇ ਵੀ ਕਫਾਇਤੀ ਰੇਂਜ 'ਚ ਵੀ 6 ਮਾਡਲ ਭਾਰਤੀ ਬਾਜ਼ਾਰ ਵਿੱਚ ਉਤਾਰੇ ਗਏ। ਕੰਪਨੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਜਲਦ ਹੀ ਗੈਸ ਗੀਜ਼ਰ ਅਤੇ ਸੋਲਰ ਵਾਟਰ ਹੀਟਰ ਦੇ ਨਾਲ ਨਾਲ 2020 ਤੱਕ ਪੱਖਿਆਂ ਦੇ ਹੋਰ 25 ਨਵੇਂ ਮਾਡਲ ਬਾਜ਼ਾਰ ਵਿੱਚ ਉਤਾਰੇ ਜਾਣਗੇ। ਐਕਚੁਅਲੀ ਬੇਸਿਕਲੀ ਜਦੋਂ ਅਸੀਂ ਪ੍ਰੋਡਕਟ ਉਤਾਰਿਆ, ਉਤਾਰਨ ਤੋਂ ਪਹਿਲਾਂ ਅਸੀਂ ਦੇਖਿਆ ਕਿ ਲੋਕਲ ਮਾਰਕੀਟ ਸਾਰੀ ਸਟੱਡੀ ਕੀਤੀ, ਆਫਟਰ 2 ਈਅਰਸ ਕਿ ਸਾਨੂੰ ਕੁਆਲਿਟੀ ਵਾਈਜ਼ ਪ੍ਰੋਡਕਟ ਨਹੀਂ ਮਿਲ ਰਹੀਆਂ ਸੀ। ਅਸੀਂ ਦੇਖਿਆ ਕਿ ਕੁਆਲਿਟੀ ਵਾਈਜ਼ ਅਗਰ ਇਸੀ ਪ੍ਰੋਡਕਟ ਨੂੰ ਅਗਰ ਅਸੀਂ ਕੁਆਲਿਟੀ ਨਾਲ ਦੇ ਦਈਏ ਤਾਂ ਬਹੁਤ ਵੱਡੀ ਮਾਰਕੀਟ ਹੈ ਨੌਰਥ ਦੀ। ਅਸੀਂ ਜਿਹੜੀ ਵੀ ਗੀਜ਼ਰ ਦੀ ਕੁਆਲਿਟੀ ਬਣਾਈ ਹੈ ਉਹ ਵਿਦ ਸਾਰੀ ਇੰਪੋਰਟਡ ਗੀਜ਼ਰ, ਜਿਵੇਂ ਵੱਡੇ ਬ੍ਰਾਂਡ ਆਉਂਦੇ ਆ ਜਾਂ ਕੁਛ ਵੀ ਹੈ, ਕਈ ਸਹੂਲਤਾਂ ਉਹਦੇ 'ਚ ਹੈ ਜਿਹੜੀਆਂ ਕ੍ਰਿਸਟਲ ਦੇ ਵਿੱਚ ਹੈ, ਕੋਈ ਉਹਨਾਂ ਵਿੱਚ ਵੀ ਨਹੀਂ ਹੈ। ਜਿੱਦਾਂ ELCB ਸਿਸਟਮ ਹੈ, ਇਨਕੇਸ ਹਲਕਾ ਜਿਵੇਂ ਕਰੰਟ ਅਗਰ ਪੈ ਰਿਹਾ ਤਾਂ ਸਾਰਾ ਕੁਛ ਉਦੋਂ ਆਪਣੇ ਆਪ ਗੀਜ਼ਰ ਔਫ ਕਰ ਜਾਵੇਗਾ। ਸਰ ਜੇਕਰ ਗੱਲ ਕੀਤੀ ਜਾਵੇ ਚਾਈਨਾ ਦਾ ਪ੍ਰੋਡਕਟ ਕਾਫੀ ਜਿਹੜਾ ਵਿਕ ਰਿਹਾ, ਕਿਸ ਤਰੀਕੇ ਨਾਲ ਦੇਖਦੇ ਹੋ, ਰੇਟ ਦੇ ਨਾਲ ਕੰਪੈਰੀਜ਼ਨ ਕਰਨਾ ਬਹੁਤ ਔਖਾ ਹੋਊਗਾ? ਨਹੀਂ, ਰੇਟ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਲੇਕਿਨ ਅਗਰ ਅਸੀਂ ਆਪਣੀ ਮੈਨੂਫੈਕਚਰਿੰਗ ਯੂਨਿਟ ਲਗਾ ਕੇ ਸਭ ਕੁਛ ਕਰਕੇ ਪ੍ਰੋਫਿਟ ਆਫ ਮਾਰਜਨ ਲਿਮਿਟਿਡ ਰੱਖੀਏ ਤਾਂ ਚਾਈਨਾ ਨੂੰ ਕੰਪੀਟ ਕਰ ਸਕਦੇ ਹਾਂ। ਬਸ ਇਹਦੇ ਵਿੱਚ ਜ਼ਰੂਰਤ ਹੈ ਸਹੀ ਕੰਪਨੀ ਦੀ ਚਿੱਪ ਦੀ, ਔਰ ਜਿਹੜੇ ਇਲੈਕਟ੍ਰੋਨਿਕ ਪੈਰਾਮੀਟਰ ਹੈ ਉਹ ਕੁਆਲਿਟੀ ਦੇ, ਜੋ ਕਿ ਅਸੀਂ ਟੈਕਨੀਕਲ ਨਾ ਹੋ ਸਾਰੀ ਇੰਗਲੈਂਡ ਤੋਂ ਐਫੀਬਾਰ ਤੋਂ ਲਈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੌਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।